ਹਾਂਜੀ ਅਧਿਆਪਕ ਸਾਥੀਓ ਨਮਸਕਾਰ। ਅੱਜ ਅਸੀਂ ਜਾਣਾਂਗੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਸਾਈਟ ਦੇ ਉੱਪਰ ਪੰਜਵੀਂ ਅਤੇ ਅੱਠਵੀਂ ਦੀ CCE ਦੇ ਨੰਬਰ ਨੇ ਜਿਹੜੇ ਕਿਵੇਂ ਅਪਲੋਡ ਕਰਨੇ ਨੇ, ਉਹ ਆਪਾਂ ਸਟਾਰਟ ਕਰਦੇ ਹਾਂ। ਹਾਂਜੀ, ਸਭ ਤੋਂ ਪਹਿਲਾਂ ਅਸੀਂ ਗੂਗਲ ਦੇ ਵਿੱਚ ਆਪਣੀ PSEB ਲੌਗਿਨ ਨੂੰ ਫਿਲ ਕਰਾਂਗੇ ਤਾਂ ਸਾਡੇ ਕੋਲ ਹੋਮ ਪੇਜ ਖੁੱਲ੍ਹੇਗਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ। ਇਸ ਦੇ ਉੱਪਰ ਆਪਾਂ ਕਲਿੱਕ ਕਰਾਂਗੇ। ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖਿਓ ਇੱਥੇ ਸਕੂਲ ਲਿਖਿਆ ਹੋਏਗਾ ਰਾਈਟ ਸਾਈਡ 'ਤੇ, ਸਕੂਲ ਦੇ ਉੱਪਰ ਕਲਿੱਕ ਕਰਾਂਗੇ। ਸਕੂਲ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਇੱਥੇ ਆਏਗਾ ਸਕੂਲ ਲੌਗਿਨ, ਸਕੂਲ ਲੌਗਿਨ ਦੇ ਉੱਪਰ ਕਲਿੱਕ ਕਰਾਂਗੇ। ਸਕੂਲ ਲੌਗਿਨ ਕਲਿੱਕ ਕਰਨ ਤੋਂ ਬਾਅਦ ਜਿਵੇਂ ਤੁਸੀਂ ਦੇਖੋਗੇ ਇੱਥੇ ਪ੍ਰਾਇਮਰੀ ਐਂਡ ਮਿਡਲ ਸਕੂਲ ਲੌਗਿਨ ਲਿਖਿਆ ਹੋਊਗਾ, ਕਿਉਂਕਿ ਆਪਾਂ ਸੈਸ਼ਨ 2023-24 ਦੇ ਨੰਬਰ ਅਪਲੋਡ ਕਰਨੇ ਨੇ, ਇਸ ਲਈ ਸੈਸ਼ਨ 2023-24 ਦੇ ਉੱਪਰ ਕਲਿੱਕ ਕਰਾਂਗੇ। ਉਸ ਤੋਂ ਬਾਅਦ ਇੱਥੇ ਜਿਹੜੀ ਸਾਡੀ ID ਬਣੀ ਹੋਈ ਹੈ PSEB ਦੀ, ਉਹ ID ਅਤੇ ਪਾਸਵਰਡ ਇੱਥੇ ਫਿਲ ਕਰਾਂਗੇ। ਇਸ ਤੋਂ ਬਾਅਦ ਸੈਸ਼ਨ 2023-24 ਰਿਮੈਂਬਰ ਮੀ ਅਤੇ ਲੌਗਿਨ ਦੇ ਉੱਪਰ ਕਲਿੱਕ ਕਰਾਂਗੇ ਤਾਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਪੇਜ ਖੁੱਲ੍ਹੇਗਾ। ਉਸ ਤੋਂ ਬਾਅਦ ਆਪਾਂ ਐਗਜ਼ਾਮੀਨੇਸ਼ਨ ਪੋਰਟਲ 'ਤੇ ਕਲਿੱਕ ਕਰਕੇ ਦੇਖਦੇ ਹਾਂ ਤਾਂ ਇੱਥੇ ਦੇਖੋ ਸੈਕਿੰਡ ਥਾਂ 'ਤੇ ਲਿਖਿਆ ਹੋਗਾ CCE ਇੰਟਰਨਲ ਅਸੈਸਮੈਂਟ, ਇਸ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਤਾਂ ਤੁਹਾਨੂੰ ਇੱਥੇ ਦਿਖੇਗਾ 8/2/2024 CCE ਪੈਨਲ ਫੋਰ ਮਿਡਲ ਸੈਸ਼ਨ 2023-24। ਇਸ ਦੇ ਉੱਪਰ ਆਪਾਂ ਕਲਿੱਕ ਕਰਦੇ ਹਾਂ। ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਇਸ ਤਰ੍ਹਾਂ ਦਾ ਫਰੰਟ ਪੇਜ ਖੁੱਲ੍ਹਦਾ ਹੈ ਜਿਸ ਵਿੱਚ ਗਾਈਡਲਾਈਨਸ ਲਿਖੀਆਂ ਹੋਈਆਂ ਨੇ ਵੀ ਜਿਹੜਾ ਆਪਾਂ CCE ਦੇ ਨੰਬਰ ਨੇ ਅਪਲੋਡ ਕਰਨੇ ਨੇ, ਇਸ ਦੀ ਮਿਤੀ 5/2/24 ਤੋਂ 23/2/24 ਤੱਕ ਦਾ ਸਮਾਂ ਆਪਾਂ ਨੂੰ ਦਿੱਤਾ ਗਿਆ ਤਾਂ ਇਸ 'ਤੇ ਮੈਂ ਸਹਿਮਤ ਹਾਂ। ਆਈ ਐਗਰੀ 'ਤੇ ਟਿਕ ਕਰਨ ਤੋਂ ਬਾਅਦ ਸਬਮਿਟ ਕਰ ਦੇਣਾ। ਅਸੀਂ ਸਬਮਿਟ ਕਰਨ ਤੋਂ ਬਾਅਦ ਤੁਹਾਡੇ ਕੋਲ ਇੱਥੇ ਬੱਚੇ ਨੇ ਜਿਹੜੇ ਜਿਨ੍ਹਾਂ ਦੇ ਆਪਾਂ ਨੇ ਨੰਬਰ ਅਪਲੋਡ ਕਰਨੇ ਨੇ ਉਹ ਖੁੱਲ੍ਹੇ ਆਉਣਗੇ। ਜਿਵੇਂ ਫਸਟ ਸਟੂਡੈਂਟ ਹੈ ਉੱਥੇ ਅਸੀਂ ਵਿਊ ਐਂਡ ਐਂਟਰ ਮਾਰਕਸ ਦੇ ਉੱਪਰ ਕਲਿੱਕ ਕਰਾਂਗੇ ਤਾਂ ਸਬਜੈਕਟ ਵਾਈਜ਼ ਹੈ ਜਿਹੜਾ ਉਹਨਾਂ ਦੇ ਨੰਬਰ ਨੇ ਆਪਾਂ ਇੱਥੇ ਫਿਲ ਕਰ ਸਕਦੇ ਹਾਂ। ਜਿਵੇਂ ਮੈਕਸਿਮ ਮਾਰਕਸ 20 ਨੇ, ਮੈਂ ਤੁਹਾਨੂੰ ਇੱਕ ਜਨਰਲ ਜਿਹਾ ਫਿਲ ਕਰਕੇ ਦਿਖਾਉਣਾ। ਮੰਨ ਲਓ ਮੈਂ ਪੰਜਾਬੀ ਦੇ ਵਿੱਚ 20 ਭਰੇ, ਹਿੰਦੀ ਵਿੱਚ 20 ਭਰੇ, ਇੰਗਲਿਸ਼ ਵਿੱਚ ਵੀ 20 ਭਰ ਰਿਹਾ, ਮੈਥਮੈਟਿਕਸ ਦੇ ਵਿੱਚ ਵੀ 20 ਭਰ ਰਿਹਾ, ਸਾਇੰਸ ਵਿੱਚ ਵੀ, ਸੋਸ਼ਲ ਸਾਇੰਸ ਵਿੱਚ ਵੀ। ਇਹ ਜਿਹੜੇ ਕੰਸਰਨਡ ਸਬਜੈਕਟ ਟੀਚਰ ਨੇ ਉਹਨਾਂ ਤੋਂ ਤੁਸੀਂ ਪਰਫੋਰਮਾ ਪਹਿਲਾਂ ਭਰਾ ਲੈਣਾ ਵੀ ਉਹ ਟੀਚਰ ਕਿੰਨਾ ਕਿੰਨੇ ਮਾਰਕਸ ਨੇ ਜਿਹੜੇ ਆਪਣੇ ਬੱਚਿਆਂ ਦੇ ਭਰਨਾ ਚਾਹੁੰਦੇ ਨੇ। ਉਸ ਤੋਂ ਬਾਅਦ ਆਪਾਂ ਸੇਵ ਐਂਡ ਨੈਕਸਟ ਕਰਦੇ ਹਾਂ। ਇੱਥੇ ਬੱਚੇ ਦੇ ਮਾਰਕਸ ਨੇ ਜਿਹੜੇ ਆਪਾਂ ਨੇ ਸਬਮਿਟ ਹੋ ਚੁੱਕੇ ਨੇ ਤਾਂ ਨੈਕਸਟ ਸਟੂਡੈਂਟ ਹੈ ਜਿਹੜਾ ਖੁੱਲ੍ਹ ਗਿਆ। ਇਸ ਤਰ੍ਹਾਂ ਆਪਾਂ ਸਾਰਿਆਂ ਦੇ ਮਾਰਕਸ ਨੇ ਜਿਹੜੇ ਫਿਲ ਕਰ ਦੇਣੇ ਨੇ। ਫਿਲ ਕਰਨ ਤੋਂ ਬਾਅਦ ਤਾਂ ਤੁਹਾਡੇ ਕੋਲ ਇੱਥੇ ਇੱਕ ਲਿਖਿਆ ਹੋਏਗਾ ਪ੍ਰਿੰਟਰ ਆਫ ਰਿਪੋਰਟ, ਇਸ 'ਤੇ ਕਲਿੱਕ ਕਰਕੇ ਦੇਖਣਾ ਤੁਸੀਂ। ਪ੍ਰਿੰਟ ਰਫ ਰਿਪੋਰਟ 'ਤੇ ਜਿਵੇਂ ਮੈਨੇ ਫਸਟ ਸਟੂਡੈਂਟਸ ਦੇ ਮਾਰਕਸ ਫਿਲ ਕਰੇ ਸੀ ਇੱਥੇ ਤੁਹਾਨੂੰ ਦਿਖਣ ਲੱਗ ਜਾਣਗੇ ਅਤੇ ਇਸਦਾ ਪ੍ਰਿੰਟ ਕੱਢ ਲੈਣਾ ਅਤੇ ਕੰਸਰਨ ਸਬਜੈਕਟ ਟੀਚਰਸ ਤੋਂ ਸਾਈਨ ਕਰਾ ਲੈਣੇ ਨੇ ਤਾਂ ਕਿ ਉਹਨਾਂ ਦੇ ਜਿਹੜੇ ਮਾਰਕਸ ਨੇ ਗਲਤ ਨਾ ਫਿਲ ਹੋ ਜਾਣ। ਐਟ ਲਾਸਟ ਤੁਸੀਂ ਜਦੋਂ ਸਾਰਾ ਕੁਛ ਤੁਹਾਡਾ ਕੰਪਾਇਲ ਹੋ ਗਿਆ ਤਾਂ ਲਾਸਟ ਵਿੱਚ ਕਲਿੱਕ ਹੇਅਰ ਟੂ ਫਾਈਨਲ ਸਬਮਿਟ, ਫਿਰ ਤੁਸੀਂ ਇੱਥੇ ਫਾਈਨਲ ਸਬਮਿਟ ਹੈ ਜਿਹੜਾ ਕਰ ਦੇਣਾ ਹੈ।
ਅਤੇ ਲਾਸਟ ਵਿੱਚ ਅਸੀਂ ਇੱਥੋਂ ਲੋਗ ਆਊਟ ਕਰਨਾ ਨਹੀਂ ਭੁੱਲਣਾ। ਹਾਂਜੀ ਉਹਦੇ ਸਾਥੀਓ, ਮੈਨੂੰ ਉਮੀਦ ਹੈ ਅੱਜ ਦੀ ਵੀਡੀਓ ਤੁਹਾਡੇ ਲਈ ਕਾਫੀ ਲਾਹੇਵੰਦ ਹੋਈ ਹੋਵੇਗੀ, ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ, ਤਾਂ ਕਿ ਬਾਕੀ ਅਧਿਆਪਕਾਂ ਦਾ ਜਿਹੜਾ ਫਾਇਦਾ ਹੋ ਸਕੇ। ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ, ਔਰ ਜੋ ਬੈਲ ਆਈਕਨ ਦਾ ਬਟਨ ਹੈ ਇਸ ਨੂੰ ਪ੍ਰੈਸ ਕਰਨਾ ਨਾ ਭੁੱਲਣਾ, ਤਾਂ ਕਿ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲਦੀ ਰਹੇ। ਅੱਜ ਦੀ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕਸ ਫੋਰ ਵਾਚਿੰਗ।